पंजाब दे मुख्यमंत्री भगवंत मान वालों जिहड़े टोल प्लाजिआं दी म्याद खत्म हो जांदी सी पिछलियां सरकारां ते ओह म्याद च वाधा कर दिंदियां सी पर हुण मुख्यमंत्री भगवंत मान नहीं कर रहे नाल दी नाल ओह टोल प्लाजे बंद किए जा रहे जिस करके आम लोगों की जिहड़ी वड्डी राहत मिल रही है ते हुण सूबे दे विच अठवां जिहड़ा टोल प्लाजा ਉਹ ਸਰਕਾਰ ਨੇ ਬੰਦ ਕਰ ਦਿੱਤਾ ਹੈ ਜਿਹਦੀ ਮਿਆਦ ਵਿੱਚ ਸਰਕਾਰ ਨੂੰ ਬੇਨਤੀ ਕੀਤੀ ਗਈ ਸੀ ਲੇਕਿਨ ਸਰਕਾਰ ਨੇ ਉਹ ਬੇਨਤੀ ਪ੍ਰਵਾਨ ਨਹੀਂ ਕੀਤੀ ਤੇ ਖੁਦ ਮੁੱਖ ਮੰਤਰੀ ਭਗਵੰਤ ਮਾਨ ਨੇ ਜਾ ਕੇ ਉਹ ਟੋਲ ਪਲਾਜ਼ਾ ਬੰਦ ਕਰਵਾ ਦਿੱਤਾ ਤੇ ਇਸ ਕੰਪਨੀ ਵੱਲ 67 ਕਰੋੜ ਰੁਪਈਆ ਦਾ ਜਿਹੜਾ ਬਕਾਇਆ ਰਾਸ਼ੀ ਉਹ ਕੰਪਨੀ ਵੱਲ ਸੀ ਸਰਕਾਰ ਨੂੰ ਦੇਣੇ ਸੀ ਲੇਕਿਨ ਹਾਲੇ ਤੱਕ ਉਹਨਾਂ ਨਹੀਂ ਦਿੱਤੇ ਹੈਗੇ ਤੇ ਹੁਣ ਸਰਕਾਰ ਨੇ ਦਾਅਵਾ ਕੀਤਾ ਕਿ ਉਹ 67 ਕਰੋੜ ਰੁਪਈਆ ਉਹਨਾਂ ਕੋਲ ਵਸੂਲ ਕੇ ਤੇ ਇਹਨਾਂ ਸੜਕਾਂ ਤੇ ਹੀ ਉਹ ਖਰਚ ਕੀਤੇ ਜਾਣਗੇ ਇਹ ਜਿਹੜਾ 8ਵਾਂ ਟੋਲ ਪਲਾਜ਼ਾ ਬੰਦ ਕੀਤਾ ਗਿਆ ਇਹ ਸਰਕਾਰ ਨੇ ਕੀਰਤਪੁਰ ਸਾਹਿਬ ਰੂਪਨਗਰ ਰੋਡ ਤੇ ਜਿਹੜਾ ਸਥਿਤ ਟੋਲ ਪਲਾਜ਼ਾ ਉਹ ਬੰਦ ਕਰਵਾਇਆ ਅਸਲ 'ਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਟੋਲ ਪਲਾਜ਼ਿਆਂ ਤੇ ਆਮ ਲੋਕਾਂ ਦੀ ਲੁੱਟ ਰੋਕਣ ਲਈ ਸੂਬਾ ਸਰਕਾਰ ਦੀ ਜਿਹੜੀ ਇਹ ਪਹਿਲਕਦਮੀ ਆ ਉਹਨੂੰ ਜਾਰੀ ਰੱਖਿਆ ਤੇ ਜਿਸ ਤਹਿਤ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸੂਬੇ ਦੇ ਵਿੱਚ ਉਹ 8ਵਾਂ ਟੋਲ ਪਲਾਜ਼ਾ ਬੰਦ ਕਰਵਾ ਦਿੱਤਾ ਗਿਆ ਜਿਨ੍ਹਾਂ ਦੀ ਮਿਆਦ ਖਤਮ ਹੋ ਚੁੱਕੀ ਸੀ ਤੇ ਜਿਸ ਨਾਲ ਆਮ ਲੋਕਾਂ ਦੇ ਰੋਜ਼ਾਨਾ ਇਸ ਟੋਲ ਪਲਾਜ਼ੇ ਜਿਹੜਾ 8ਵਾਂ ਟੋਲ ਪਲਾਜ਼ਾ ਬੰਦ ਕਰਵਾਇਆ ਉੱਥੇ ਕਰੀਬ 11 ਲੱਖ ਰੁਪਏ ਦੀ ਹਰ ਰੋਜ਼ ਆਮ ਲੋਕਾਂ ਦੀ ਜੇਬ ਬਚੇਗੀ ਬੱਚਤ ਹੋਏਗੀ ਨਹੀਂ ਤਾਂ ਇੱਥੇ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਕਰੀਬ ਹਰ ਰੋਜ਼ 11 ਲੱਖ ਰੁਪਏ ਦੇਣੇ ਪੈਂਦੇ ਸੀ ਕੀਰਤਪੁਰ ਸਾਹਿਬ ਰੂਪਨਗਰ ਰੋਡ 'ਤੇ ਜਿਹੜਾ ਸਥਿਤ ਟੋਲ ਪਲਾਜ਼ਾ ਬੰਦ ਕਰਨ ਮਗਰੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕਾਂ ਨੂੰ ਸੰਬੋਧਨ ਕੀਤਾ ਅਤੇ ਇਹ ਕਿਹਾ ਕਿ ਟੋਲ ਪਲਾਜ਼ੇ ਵਾਲੇ ਪਿਛਲੀਆਂ ਸਰਕਾਰਾਂ ਦੀ ਮਿਲੀ ਭੁਗਤ ਨਾਲ ਹੀ ਲੋਕਾਂ ਦੀ ਨਜਾਇਜ਼ ਲੁੱਟ ਹੋ ਰਹੀ ਸੀ ਉਹਨਾਂ ਕਿਹਾ ਕਿ ਉਕਤ ਭ੍ਰਿਸ਼ਟਾਚਾਰ ਮੁਕਤ ਪੰਜਾਬ ਨੌਜਵਾਨਾਂ ਲਈ ਰੁਜ਼ਗਾਰ ਮੁਫ਼ਤ ਬਿਜਲੀ ਸਕੂਲਾਂ ਕਾਲਜਾਂ ਦੀ ਕਾਇਆਕਲਪ ਸਮੇਤ ਹੋਰ ਗਰੰਟੀਆਂ ਦਿੱਤੀਆਂ ਸਨ ਮੁੱਖ ਮੰਤਰੀ ਕਹਿ ਕੇ ਕਈ ਹੋਰ ਅਜਿਹੇ ਕੰਮ ਕੀਤੇ ਜਾ ਰਹੇ ਨੇ ਜੋ ਗਰੰਟੀ ਦਾ ਹਿੱਸਾ ਨਹੀਂ ਸਨ ਪਰ ਇਹ ਸੂਬਾ ਸਰਕਾਰ ਦਾ ਮੁੱਢਲਾ ਫਰਜ਼ ਹੈ ਮੁੱਖ ਮੰਤਰੀ ਨੇ ਕਿਹਾ ਕਿ ਇਹਨਾਂ ਟੋਲ ਪਲਾਜ਼ਾ ਉੱਤੇ ਆਮ ਲੋਕਾਂ ਦੀ ਲੁੱਟ ਨੂੰ ਰੋਕਣ ਲਈ ਇਸ ਮੁਹਿੰਮ ਦਾ ਇੱਕ ਹਿੱਸਾ ਹੈ ਅਤੇ ਮੁੱਖ ਮੰਤਰੀ ਨੇ ਵੀ ਕਿਹਾ ਕਿ ਉਹਨਾਂ ਨੇ ਲੋਕ ਸਭਾ ਵਿੱਚ ਇਹ ਮੁੱਦੇ ਉਠਾਏ ਸਨ ਅਤੇ ਹੁਣ ਜਦੋਂ ਉਹਨਾਂ ਨੂੰ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਤਾਂ ਉਹ ਇਹ ਟੋਲ ਨਾਕੇ ਬੰਦ ਕਰਵਾ ਰਹੇ ਨੇ ਇਹਨਾਂ ਸੜਕਾਂ ਨੂੰ ਲੋਕ ਨਿਰਮਾਣ ਵਿਭਾਗ ਵੱਲੋਂ ਆਪਣੇ ਕਬਜ਼ੇ ਵਿੱਚ ਲਿਆ ਜਾਵੇਗਾ ਅਤੇ ਇਹਨਾਂ ਸੜਕਾਂ ਦੀ ਸਮੇਂ ਸਿਰ ਮੁਰੰਮਤ ਅਤੇ ਮਜ਼ਬੂਤੀ ਨੂੰ ਯਕੀਨੀ ਬਣਾਇਆ ਜਾਵੇਗਾ ਮੁੱਖ ਮੰਤਰੀ ਨੇ ਵੀ ਕਿਹਾ ਕਿ ਸੂਬੇ ਵਿੱਚ ਕਿਰਾਏ ਉੱਤੇ ਸੜਕਾਂ ਦਾ ਦੌਰ ਖਤਮ ਹੋ ਗਿਆ ਅਤੇ ਇਹ ਆਮ ਆਦਮੀ ਲਈ ਵੱਡੀ ਰਾਹਤ ਹੈ ਉਹਨਾਂ ਕਿਹਾ ਕਿ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਟੋਲ ਪਲਾਜ਼ਾ ਕੰਪਨੀਆਂ ਨਾਲ ਮਿਲੀ ਭੁਗਤ ਕਰਕੇ ਸਾਰੇ ਮਾੜੇ ਕੰਮਾਂ ਨੂੰ ਅੱਖੋਂ ਪਰੋਖਾ ਕਰਕੇ ਉਹਨਾਂ ਨੂੰ ਵੱਡਾ ਫਾਇਦਾ ਪਹੁੰਚਾਇਆ ਜਾਂਦਾ ਰਿਹਾ ਮੁੱਖ ਮੰਤਰੀ ਨੇ ਵੀ ਕਿਹਾ ਕਿ ਜਦੋਂ ਆਮ ਆਦਮੀ ਪਾਰਟੀ ਨੂੰ ਸੱਤਾ ਮਿਲੀ ਤਾਂ ਜਨਤਾ ਦੇ ਪੈਸੇ ਇਸ ਜਿਹੜੇ ਨੇ ਜਿਹੜੇ ਲੁੱਟੇ ਜਾ ਰਹੇ ਅਤੇ ਇਸ ਸ਼ਰੇਆਮ ਲੁੱਟ ਨੂੰ ਰੋਕਿਆ ਗਿਆ ਮੁੱਖ ਮੰਤਰੀ ਨੇ ਕਿਹਾ ਕਿ ਜਿਹੜਾ ਅੱਜ 8ਵਾਂ ਟੋਲ ਪਲਾਜ਼ਾ ਬੰਦ ਕੀਤਾ ਗਿਆ ਇਸ ਟੋਲ ਪਲਾਜ਼ੇ ਦਾ ਜਿਹੜਾ ਸਮਝੌਤਾ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ 10 ਅਕਤੂਬਰ 2006 ਨੂੰ ਹੋਇਆ ਸੀ ਅਤੇ ਕਰੀਬ 16.5 ਸਾਲ ਲਈ ਇਹ ਟੋਲ ਪਲਾਜ਼ਾ ਲਗਾਇਆ ਗਿਆ ਸੀ ਅਤੇ ਉਹਨਾਂ ਕਿਹਾ ਕਿ ਇਹ ਟੋਲ ਅਕਾਲੀ ਭਾਰਤੀ ਜਨਤਾ ਪਾਰਟੀ ਸਰਕਾਰ ਵੇਲੇ 20 ਨਵੰਬਰ 2007 ਨੂੰ ਚਾਲੂ ਹੋਇਆ ਸੀ ਅਤੇ ਸਮਝੌਤੇ ਅਨੁਸਾਰ ਪਹਿਲਾ ਮੁਰੰਮਤ ਦਾ ਕੰਮ 19 ਨਵੰਬਰ 2013 ਨੂੰ ਕੀਤਾ ਜਾਣਾ ਸੀ ਮੁੱਖ ਮੰਤਰੀ ਕਿਹਾ ਕਿ ਤਤਕਾਲੀ ਅਕਾਲੀ ਸਰਕਾਰ ਵੇਲੇ ਸੂਬੇ ਅਤੇ ਇੱਥੋਂ ਦੇ ਲੋਕਾਂ ਦੇ ਹਿੱਤਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਜਿਸ ਕਾਰਨ ਨਿਰਧਾਰਤ ਮਿਤੀ ਤੋਂ 1 ਸਾਲ ਬਾਅਦ 1 ਨਵੰਬਰ 2014 ਨੂੰ ਪ੍ਰੀਮਿਕਸ ਪਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਪਰ ਹੈਰਾਨੀ ਦੀ ਗੱਲ ਇਹ ਕਿ ਕੰਪਨੀ ਖਿਲਾਫ਼ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਇਸੇ ਤਰ੍ਹਾਂ ਮੁੱਖ ਮੰਤਰੀ ਨੇ ਕਿਹਾ ਕਿ ਦੂਜਾ ਮੁਰੰਮਤ ਕਾਰਜ 19 ਨਵੰਬਰ 2017 ਨੂੰ ਕੀਤਾ ਜਾਣਾ ਸੀ ਪਰ ਇਹ ਨਿਰਧਾਰਤ ਸਮੇਂ ਦੀ ਬਜਾਏ 1093 ਦਿਨਾਂ ਦੀ ਦੇਰੀ ਨਾਲ 16 ਨਵੰਬਰ 2020 ਨੂੰ ਕੀਤਾ ਗਿਆ ਉਹਨਾਂ ਕਿਹਾ ਕਿ ਇਸ ਦੇਰੀ ਨਾਲ ਜੁਰਮਾਨਾ ਲਾਉਣ ਦੀ ਕਾਰਵਾਈ ਕੀਤੀ ਜਾ ਸਕਦੀ ਸੀ ਅਤੇ ਇਸ ਏਜੰਸੀ ਨਾਲ ਸਮਝੌਤਾ ਵੀ ਖਤਮ ਹੋ ਸਕਦਾ ਸੀ ਪਰ ਕਿਸੇ ਨੇ ਵੀ ਇਸ ਵਿਰੁੱਧ ਕਾਰਵਾਈ ਕਰਨ ਦੀ ਕੋਈ ਖੇਚਲ ਨਹੀਂ ਕੀਤੀ ਭਗਵੰਤ ਮਾਨ ਨੇ ਕਿਹਾ ਕਿ ਇਸ ਅਣਗਹਿਲੀ ਕਾਰਨ ਅੱਜ ਕੰਪਨੀ ਵੱਲ ਸੂਬੇ ਦਾ 67 ਕਰੋੜ ਰੁਪਏ ਬਕਾਇਆ ਹੈ ਪਰ ਪਿਛਲੀਆਂ ਸਰਕਾਰਾਂ ਇਸ ਦੀ ਵਸੂਲੀ ਕਰਨ ਦੀ ਬਜਾਏ ਕੰਪਨੀ ਦਾ ਹੀ ਪੱਖ ਪੂਰਦੀਆਂ ਰਹੀਆਂ ਮੁੱਖ ਮੰਤਰੀ ਨੇ ਕਿਹਾ ਕਿ ਕੰਪਨੀ ਕਿਸਾਨ ਅੰਦੋਲਨ ਅਤੇ ਕੋਵਿਡ ਮਹਾਂਮਾਰੀ ਦੇ ਬਹਾਨੇ 582 ਦਿਨਾਂ ਦਾ ਸਮਾਂ ਵਧਾਉਣ ਦੀ ਮੰਗ ਕਰ ਰਹੀ ਸੀ ਪਰ ਉਹਨਾਂ ਦੀ ਸਰਕਾਰ ਨੇ ਇਸ ਤੋਂ ਇਨਕਾਰ ਕਰ ਦਿੱਤਾ ਉਹਨਾਂ ਕਿਹਾ ਕਿ ਇਹ ਕੰਮ ਪਹਿਲਾਂ ਹੀ ਹੋ ਜਾਣਾ ਚਾਹੀਦਾ ਸੀ ਪਰ ਪਿਛਲੀਆਂ ਸਰਕਾਰਾਂ ਦੇ ਕਿਸੇ ਵੀ ਆਗੂ ਨੇ ਲੋਕ ਹਿੱਤਾਂ ਦੀ ਰਾਖੀ ਕਰਨ ਦੀ ਖੇਚਲ ਨਹੀਂ ਕੀਤੀ ਸਗੋਂ ਉਹਨਾਂ ਨੇ ਇਸ ਕੰਪਨੀ ਦੇ ਹੱਕਾਂ ਦੀ ਰਾਖੀ ਲਈ ਕੰਮ ਕੀਤਾ ਸੀ ਮੁੱਖ ਮੰਤਰੀ ਨੇ ਦੱਸਿਆ ਕਿ ਪੰਜਾਬ ਨੂੰ
श्री आनंदपुर साहब नैना देवी जी आदि धार्मिक स्थानों नाल जोड़न वाली इस सड़क तो लंघन लई आम आदमी रोजाना 10,12,000 रुपए खर्च करते हैं टोल के तौर पर उन्होंने पैसे देने पैंदे ने। मुख्यमंत्री ने कहा कि पैसा कंपनी तो वसूल के हुण इन्हां सड़कों की मरम्मत अते मजबूती वल लाया जाएगा। उन्हें भी कहा कि जनता दी सरे आम लुट विच जिन्हां आगुआं ते अधिकारियों का हथ है उन्होंने भी किसी भी कीमत पर बख्शा नहीं जाएगा। सीएम ने यह भी स्पष्ट किया कि लोगों तो लुटिया गया एक एक पैसा इन्हों तो हर तरीके वसूल किया जाएगा। मुख्यमंत्री ने कहा कि बीते वरे सूबे के लोगों को ईवीएम का बटन दब के सत्ता में लिया हूँ सत्ता संभालने के एक साल के अंदर अंदर वह हर रोज़ 4-5 बटन दब के सूबे के लोगों को नवे प्रोजेक्ट समर्पित करते हैं। उन्होंने कहा कि वह दिन दूर नहीं जो पंजाब सरकार के सुहिरद जतना सदका पंजाब देश के दे मोहरी सूबे वजो उभरेगा। मुख्यमंत्री ने भी ऐलान किया कि केंद्र सरकार वाल बकाया जिहड़ा पेंडू विकास फंडा का बनता हिस्सा लैण लई सूबा सरकार कानूनी चाराजोई का रस्ता अख्तियार करने की संभावना तलाश रही है। उन्होंने कहा कि केंद्र सरकार बिना वजह पंजाब राज दा पेंडू विकास फंड का 30,000 करोड़ रुपया रोक के सूबे के लोगों को परेशान कर रही है। भगवंत मान ने कहा कि सूबा सरकार वालों पेंडू विकास फंडा संबंधी सारिया जरूरी कार्रवाई मुकम्मल कर दी और फिर भी केंद्र सरकार ये फंड जारी करने अड़िका डा रही है। मुख्यमंत्री ने भी कहा कि मीह और गड़ेमारी कारण भारी नुकसान झलन वाले किसानों दियाँ मुश्किल घटाने सूबा सरकार ने किसानों फसलों के हुए नुकसान के मुआवजे 25% वाधा किया। उन्हें भी कहा कि जेकर 75% तो वध नुकसान होंगे तो सूबा सरकार किसानों 15,000 रुपए प्रति एकड़ के हिसाब न मुआवजा देगी और जेकर 75% तक नुकसान होंगे तो किसानों 6,750 रुपए प्रति एकड़ के हिसाब न मुआवजा दिता जाएगा। मुख्यमंत्री कहा कि मजदूरों को 10% मुआवजा दिता जाएगा ता जो उन्होंने जीवन बसन करने कोई मुश्किल पेश न आए। मुख्यमंत्री ने कहा कि मीह कारण घर के पूरे नुकसान लिए 95,000 रुपए का मुआवजा दिता जाऊगा जबकि घर के मामूली नुकसान लिए 5,200 रुपए दिए जाएंगे। लेकिन सब तो बड़ी गल है कि मुख्यमंत्री भगवंत मान वालों जोड़े टोल प्लाजे बंद करवाए जा रहे हैं वो 8 टोल प्लाजे बंद हो चुके हैं जिन्हों की म्याद खत्म हो चुकी सी। लेकिन पिछलिया सरकार वेले भी म्याद खत्म होंगी रही लेकिन वह सरकार मिल के टोल प्लाजा के म्याद वाधा करते रहे लेकिन हले तक इस सरकार ने एक टोल प्लाजा छड़ के बाकी जोड़े टोल प्लाजे ने पंजाब बंद करवा दते ने। क्योंकि सवाल है कि जब बंदा गड्डी खरीदा मोटर व्हीकल खरीदा उदों भी वह रोड टैक्स दिंदा जो गड्डी दे विच तेल पाउंदा चाहे डीजल पाउंदा उदों भी रोड टैक्स से असैस लिया जाता है रोड टैक्स के रूप दे विच ते फिर जो रोड से चलता तो फिर कहदा टोल प्लाजे जां टोल टैक्स। हुण देखदे हां कि मुख्यमंत्री भगवंत मान के इस फैसले नाल इत्थों लंघदे हर रोज़ राहगीर किन्ने खुश हुंदे ने। फिलहाल तुहाडा बहुत बहुत शुक्रिया। इस तरह देखते रहो ABC पंजाब। धन्यवाद।